ਬਰਨਾਲਾ ਮੋਗਾ ਨੈਸ਼ਨਲ ਹਾਈਵੇ ਤੇ ਜ਼ਿਲ੍ਹਾ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਰਹਿਣ ਵਾਲੇ ਸੈਲਰ ਮਾਲਕਾਂ ਤੋਂ ਦੋ ਅਣਪਛਾਤੇ 25 ਤੋਂ 30 ਸਾਲ ਉਮਰ ਦੇ ਕਰੀਬ ਨੌਜਵਾਨ ਪਿਸਤੌਲ ਦੀ ਨੋਕ ਤੇ 5 ਲੱਖ ਲੁੱਟ ਕੇ ਫਰਾਰ ਹੋ ਗਏ। ਇਸ ਮੌਕੇ ਪੁਲਿਸ ਥਾਣਾ ਸਹਿਣਾ ਦੇ SHO ਜਗਦੇਵ ਸਿੰਘ ਸੱਧੂ ਨੇ ਦੱਸਿਆ ਕਿ ਸ਼ਾਮ 7 ਵਜੇ ਦੇ ਕਰੀਬ ਇੰਦਰਜੀਤ ਗਰਗ ਤੇ ਉਸਦੇ ਪੁੱਤਰ ਬਲਰਾਮ ਗਰਗ ਆਪਣੀ ਕਾਰ ਤੇ ਸਵਾਰ ਹੋ ਕੇ 5 ਲੱਖ ਨਗਦ ਰਾਸ਼ੀ ਬਰਨਾਲਾ ਤੋਂ ਲੈ ਕੇ ਵਾਪਸ ਨਿਹਾਲ ਸਿੰਘ ਵਾਲਾ ਜਾ ਰਹੇ ਸੀ ਤਾਂ ਰਸਤੇ ਵਿੱਚ ਦੋ ਨਕਾਬਪੋਸ਼ ਨੌਜਵਾਨਾਂ ਨੇ ਪਹਿਲਾਂ ਲਿਫਟ ਲੈ ਲਈ ਅਤੇ ਫਿਰ 1 ਕਿਲੋਮੀਟਰ ਅੱਗੇ ਪਹੁੰਚ ਕੇ ਨੌਜਵਾਨਾਂ ਨੇ ਪਿਸਤੌਲ ਦੀ ਨੋਕ ਤੇ ਸੈਲਰ ਮਾਲਕਾਂ ਪਿਓ ਪੁੱਤ ਤੋਂ 5 ਲੱਖ ਰੁਪਏ ਦੀ ਲੁੱਟ ਕਰ ਲਈ। ਪੁਲਿਸ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ CCTV ਕੈਮਰੇ ਵੀ ਖੰਗਾਲੇ ਜਾ ਰਹੇ ਹਨ। ਇਸ ਸੰਬੰਧ 'ਚ SI ਜਗਦੀਸ਼ ਕੁਮਾਰ ਰਾਤ ਸਮੇਤ ਪੁਲਿਸ ਪਾਰਟੀ ਦੇ ਪੈਟਰੋਲਿੰਗ 'ਤੇ ਸੀਗਾ, ਉਹਦੇ ਪਾਸ ਬਲਰਾਮ ਜੀ ਹੈ ਨਿਹਾਲ ਸਿੰਘ ਵਾਲੇ ਦੇ ਅਤੇ ਉਹ ਆਪਦੇ ਫਾਦਰ ਨਾਲ ਮਤਲਬ ਕੈਸ਼ ਲੈ ਕੇ ਬਰਨਾਲੇ ਤੋਂ ਆਪਣੇ ਪਿੰਡ ਨਿਹਾਲ ਸਿੰਘ ਵਾਲੇ ਨੂੰ ਜਾ ਰਹੇ ਸੀਗੇ। ਉਹਨਾਂ ਦੇ ਦੱਸਣ ਮੁਤਾਬਕ ਉਹਨਾਂ ਦੇ ਜੋ ਸਟੇਟਮੈਂਟ ਰਿਕਾਰਡ ਕੀਤੀ ਉਹ ਕਹਿੰਦੇ ਵੀ ਰਸਤੇ 'ਚ ਅਸੀਂ ਟੋਲ ਪਲਾਜ਼ੇ 'ਤੇ ਲੰਗਰ ਚੱਲਦਾ ਸ਼ਹੀਦੀ ਦਿਹਾੜੇ ਦੇ ਸਨ ਜਿੱਥੇ ਚਾਹ ਪੀਣ ਲੱਗ ਗਏ, ਉੱਥੇ ਦੋ ਨੌਜਵਾਨ ਉਹਨਾਂ ਦੇ ਨਾਲ ਸਵਾਰ ਹੋ ਗਏ। ਅੱਗੇ ਜਾ ਕੇ ਉਹਨਾਂ ਨੇ ਪੱਖੋ ਕੈਂਚਨ 'ਤੇ ਜਾਣਾ ਸੀਗਾ, ਪੱਖੋ ਕੈਂਚਨ 'ਤੇ ਜਦੋਂ ਮੁੜੀ ਨੇ ਗੱਡੀ ਉਹਨਾਂ ਨੇ ਮੋਗਾ ਸਾਈਡ 'ਤੇ ਜਾਣੀ ਸੀ, ਉੱਥੇ ਜਦ ਰੋਕ ਕੇ ਲਾਉਣ ਲੱਗੇ ਉਹਨਾਂ ਨੇ ਪਿਸਤਲ ਦੀ ਨੋਕ 'ਤੇ ਡਰਾਤ ਮੁਕਾ ਕੇ ਉਹਨਾਂ ਤੋਂ 5 ਲੱਖ ਰੁਪਏ ਜਿਹੜੇ ਸਨੈਚ ਕਰਕੇ ਲੈ ਗਏ ਹੈਗੇ। ਇਹਦੇ ਸੰਬੰਧ 'ਚ ਅਸੀਂ ਰਾਤ ਹੀ ਮੁਕੱਦਮਾ ਦਰਜ ਕਰ ਲਿਆ ਸੀ। ਵੱਖ ਵੱਖ ਮਾਨਯੋਗ SSP ਸਾਹਿਬ ਦੇ ਹੁਕਮ ਨਾਲ ਪਾਰਟੀਆਂ CCTV ਫੁਟੇਜ ਦੀ ਹੰਕਾਰ ਕਰ ਰਹੀਆਂ ਨੇ, ਜਲਦੀ ਹੀ ਇਹ ਕੇਸ ਨੂੰ ਟਰੇਸ ਕਰ ਲਿਆ ਜਾਏਗਾ। 379B 2527 ਅਟਾਰਨ ਦੇ ਤਹਿਤ ਥਾਣਾ ਸਹਿਣਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਇਹ ਘਟਨਾ ਤਾਂ ਕਰੀਬ 7 ਵਜੇ ਦੀ ਹੈਗੀ, ਪਰ ਸਾਨੂੰ ਪੁਲਿਸ ਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਕਾਫੀ ਲੇਟ ਮਿਲੀ, 9:30-10 ਦੇ ਕਰੀਬ ਸਾਨੂੰ ਘਟਨਾ ਬਾਰੇ ਜਾਣੂ ਕਰਾਇਆ ਗਿਆ। ਇਸ ਸਮੇਤ ਪੁਲਿਸ ਪਾਰਟੀ ਨੇ ਅਸੀਂ ਮੌਕੇ 'ਤੇ ਮਦਈ ਨੂੰ ਲੈ ਕੇ ਚਲੇ ਗਏ ਸੀ। ਬਟ ਜੇ ਇਹ ਉੱਥੋਂ ਹੀ ਜਦੋਂ ਇਹਨਾਂ ਨਾਲ ਇਹ ਵਾਰਦਾਤ ਹੋਈ ਹੈ ਉੱਥੇ 100 ਨੰਬਰ 'ਤੇ ਫੋਨ ਕਰਦੇ, 100 ਨੰਬਰ ਨੇ ਡਾਇਰੈਕਟ ALSHO ਨੋਟ ਕਰਾਉਣਾ ਸੀ, ਤਾਂ ਕੁਛ ਉਮੀਦ ਸੀ ਵੀ ਇਹ ਮੌਕੇ 'ਤੇ ਇਸਦਾ ਕੋਈ ਸੁਰਾਖ ਮਿਲ ਜਾਂਦਾ। ਉਹਨਾਂ ਦੇ ਬਿਆਨ ਦੱਸਣ ਮੁਤਾਬਕ 25 ਤੋਂ 30 ਸਾਲ ਦੀ ਏਜ ਦੇ ਨੌਨੇ ਨੌਜਵਾਨ, ਅਤੇ ਉਹਨਾਂ ਦੇ ਜਿਹੜੇ ਸਰਦੀ ਦੇ ਮਫਲਰ ਜੇ ਬੰਨ ਲੈਂਦੇ ਹੈਗੇ, ਇਸ ਤਰ੍ਹਾਂ ਦੇ ਮੂੰਹ ਢੱਕੇ ਹੋਏ ਸੀ। ਬਰਨਾਲਾ ਤੋਂ ਹਰਪ੍ਰੀਤ ਛੰਨਾ ਦੀ ਰਿਪੋਰਟ।